ਭਾਰਤ ਦੇਸ਼ ਇੱਕ ਐਸਾ ਦੌਰ ਵੀ ਲੰਘਿਆ ਹੈ ਜੋ ਚਾਰੋਂ ਪਾਸੇ ਸੂਫੀ ਕਲਾਮ ਦੀ, ਸੂਫੀ ਵਿਚਾਰਾਂ ਦੀ ਅਗੰਮੀ ਬਾਰਿਸ਼ ਹੋ ਰਹੀ ਸੀ। ਉਸੇ ਦੌਰ ਵਿੱਚ ਹਜ਼ਰਤ ਨਿਜ਼ਾਮਉਦੀਨ, ਸ਼ੇਖ ਮਯੂਦੀਨ ਚਿਸ਼ਤੀ, ਬਾਬਾ ਫਰੀਦ, ਸ਼ਕਰਗੰਜ ਔਰ ਇਸ ਤਰ੍ਹਾਂ ਦੇ ਹੋਰ ਅਨੇਕ ਔਲੀਆ ਪੀਰ ਫਕੀਰ ਪੈਦਾ ਹੋਏ। ਸੂਫੀ ਸਾਂਝੇ ਖਿਆਲਾਂ ਦੇ ਮਾਲਕ ਨੇ ਔਰ ਫਰਾਖ ਦਿਲ ਨੇ। ਜਿਸ ਕਿਸੇ ਪਾਸੋਂ ਵੀ ਰੋਸ਼ਨੀ ਮਿਲ ਜਾਏ ਉਹਨਾਂ ਨੂੰ ਹਰ ਦੀਵਾ ਪ੍ਰਵਾਨ ਸੀ ਔਰ ਉਹ ਹਰ ਦੀਵੇ ਦੀ ਪਰਿਕਰਮਾ ਕਰਨ ਵਿੱਚ ਰਾਜ਼ੀ ਸਨ। ਬਾਬਾ ਫਰੀਦ ਇਸ ਤਰ੍ਹਾਂ ਦੇ ਸੂਫੀ ਫਕੀਰਾਂ ਵਿੱਚੋਂ ਇੱਕ ਫਰਾਖ ਦਿਲ, ਰੋਸ਼ਨ ਦਿਮਾਗ ਔਰ ਅਗਾਂਹ ਵਧੂ ਵਿਚਾਰਾਂ ਦੇ ਮਾਲਕ ਸਨ। ਆਪ ਦਾ ਜਨਮ ਪਿੰਡ ਖੱਤੋਵਾਲ, ਜ਼ਿਲ੍ਹਾ ਮੁਲਤਾਨ ਵਿੱਚ ਹੋਇਆ। ਆਪ ਦੀ ਮਾਤਾ ਦਾ ਨਾਂ ਮਰੀਮ ਸੀ ਔਰ ਪਿਤਾ ਸ਼ੇਖ ਜਮਾਲ ਸੁਲੇਮਾਨ। ਮਾਂ ਬਾਪ ਤੋਂ ਤੇ ਪੂਰਵਲੇ ਬਣੇ ਸੰਸਕਾਰਾਂ ਦੇ ਮੁਤਾਬਕ ਆਪ ਛੋਟੀ ਉਮਰ ਵਿੱਚ ਹੀ ਅੱਲਾ ਦੇ ਪਿਆਰ ਵਾਲੇ ਸਨ ਔਰ ਅੱਲਾ ਦੇ ਪਿਆਰ ਦੇ ਗੀਤ ਹਰ ਵਕਤ ਗਾਉਂਦੇ ਰਹਿੰਦੇ ਸਨ। ਜਿੱਥੇ ਇਸਲਾਮ ਵਿੱਚ ਸੰਗੀਤ ਨੂੰ ਮਮਾਨੀਅਤ ਹੈ ਉੱਥੇ ਸੂਫੀ ਫਕੀਰ ਗਾ ਗਾ ਕੇ ਹੀ ਅੱਲਾ ਨੂੰ ਰਿਝਾਉਂਦੇ ਰਹੇ, ਅੱਲਾ ਨੂੰ ਪ੍ਰਾਪਤ ਕਰਦੇ ਰਹੇ। ਸੂਫੀ ਕਿਸੇ ਹੱਦ ਤੱਕ ਇਸਲਾਮ ਔਰ ਵੈਦਿਕ ਧਰਮ, ਯਹੂਦੀ ਧਰਮ, ਈਸਾਈਅਤ ਇਹ ਸਭ ਕੁਛ ਦਾ ਇੱਕ ਮਿਸ਼ਰਨ ਹੀ ਸਮਝ ਲਓ। ਸਵੈਮ ਸਰਮਦ ਸੂਫੀ ਫਕੀਰ ਦੇ ਕਲਾਮ ਤੋਂ ਪਤਾ ਚੱਲਦਾ ਹੈ। ਉਹ ਕਹਿੰਦੇ ਨੇ, ਸਰਮਦ ਬਾਪੂ ਚੈ ਇਸ਼ਕ ਬਦਨਾਮ ਸ਼ੋਦੀ। ਸ਼ੇਖ ਸਰਮਦ ਦਾ ਐਸਾ ਕਹਿਣਾ, ਜਿਸਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ, ਜੋ ਦਿੱਲੀ ਦੀ ਗਲੀਆਂ ਵਿੱਚ ਨਗਨ ਘੁੰਮਦਾ ਸੀ ਔਰ ਅੱਠੇ ਪੈਰ ਅੱਲਾ ਦੀ ਬੰਦਗੀ ਵਿੱਚ ਮਸਤ ਰਹਿੰਦਾ ਸੀ, ਉਸਦਾ ਐਸਾ ਕਹਿਣਾ ਕਿ ਸਰਮਦ ਬਾਪੂ ਚੈ ਇਸ਼ਕ ਬਦਨਾਮ ਸ਼ੋਦੀ, ਵੀ ਮੈਂ ਖੁਦਾਈ ਪਿਆਰ ਦੀ ਗਲੀ ਵਿੱਚੋਂ ਲੰਘ ਕੇ ਬਦਨਾਮ ਹੋ ਗਿਆ। ਲੋਕੀ ਲਾਂਛਣ ਨਾਲ ਲੱਗ ਪਏ ਨੇ। ਐਸਾ ਦੇਖਿਆ ਗਿਆ ਕਿ ਪਿਆਰ ਵਿੱਚ ਭਿੱਜਿਆ ਹੋਇਆ ਹਿਰਦਾ ਇਤਨਾ ਮਾਸੂਮ ਹੋ ਜਾਂਦਾ ਹੈ, ਇਤਨਾ ਭੋਲਾ ਹੋ ਜਾਂਦਾ ਹੈ ਕਿ ਲੋਕੀ ਉਸਨੂੰ ਪਾਗਲ ਤੱਕ ਵੀ ਕਹਿਣ ਲੱਗ ਪੈਂਦੇ ਨੇ। ਦੁਨੀਆਂ ਦੇ ਬੜੇ ਸ੍ਰੇਸ਼ਟ ਸੰਤ ਜਨਾਂ ਨੂੰ ਸੰਸਾਰ ਨੇ ਪਾਗਲ ਆਖਿਆ। ਜੈਸੇ ਕਬੀਰ ਕਹਿੰਦੇ ਨੇ, ਲੋਕ ਕਹੇ ਕਬੀਰ ਬਹੁ ਰਾਣਾ, ਕਬੀਰ ਕਾ ਮਰਮ ਰਾਮ ਹੀ ਜਾਣਾ। ਵੀ ਲੋਕੀ ਕਹਿੰਦੇ ਨੇ ਕਬੀਰ ਬਹੁ ਰਾ ਹੈ, ਪਾਗਲ ਹੈ। ਤੇ ਜੇ ਕਬੀਰ ਪਾਗਲ ਹੈ ਤਾਂ ਫਿਰ ਇੱਕ ਗੱਲ ਤਸਲੀਮ ਕਰਨੀ ਪਏਗੀ, ਜਗਤ ਵਿੱਚ ਕੋਈ ਵੀ ਸਿਆਣਾ ਨਹੀਂ। ਹੂ ਬਹੂ ਐਸਾ ਹੀ ਸੂਫੀ ਫਕੀਰ ਸਰਮਦ ਕਹਿੰਦੇ ਨੇ, ਸਰਮਦ ਬਕੂ ਚ ਇਸ਼ਕ ਬਦਨਾਮ ਸ਼ੁਦੀ, ਅਜ ਦੀਨੇ ਯਹੂਦ ਸੂਏ ਬਾ ਇਸਲਾਮ ਸ਼ੁਦੀ। ਵੀ ਹੈਗਾ ਤੇ ਮੈਂ ਯਹੂਦੀ, ਲੇਕਿਨ ਸੂਫੀ ਫਕੀਰਾਂ ਦੀ ਸੰਗਤ ਨੇ ਇਸਲਾਮ ਕਬੂਲ ਕਰਨ ਤੇ ਮਜਬੂਰ ਕਰ ਦਿੱਤਾ। ਮਾਲੂਮ ਨਾ ਸ਼ੁਦ ਐ ਖੁਦਾਵੰਦ ਅਹਿਮਦ, ਬਰਗਸ਼ਤਾ ਬਸੂਏ ਲਛਮਨੋ ਰਾਮ ਸ਼ੁਦੀ। ਕਹਿੰਦਾ, ਇਹਨਾਂ ਦੀ ਮਹਿਫਿਲ ਵਿੱਚ ਗੀਤ ਗਾਉਂਦਿਆਂ ਗਾਉਂਦਿਆਂ ਵੀ ਜਦ ਮੈਨੂੰ ਕੁਝ ਸੂਝ ਨਾ ਮਿਲੀ ਤੇ ਮੈਂ ਉੱਥੇ ਵੀ ਜਾ ਬੈਠਾ ਜਿੱਥੇ ਲਛਮਣ ਤੇ ਰਾਮ ਦੇ ਗੀਤ ਗਾਏ ਜਾਂਦੇ ਨੇ। ਇੱਥੋਂ ਸਰਮਦ ਦਾ ਐਸਾ ਕਹਿਣਾ ਸਾਬਤ ਹੋ ਰਿਹਾ ਹੈ ਕਿ ਮੈਂ ਸਾਂਝੇ ਖਿਆਲਾਂ ਦਾ ਮਾਲਕ ਹੈ, ਹਰ ਥਾਂ ਤੇ ਬੈਠਦਾ, ਹਰ ਥਾਂ ਤੇ ਪ੍ਰਭੂ ਦੀ ਰੋਸ਼ਨੀ ਜਿੱਥੋਂ ਵੀ ਮੈਨੂੰ ਮਿਲੇ ਮੈਂ ਪ੍ਰਾਪਤ ਕਰਨ ਨੂੰ ਤਿਆਰ ਹਾਂ, ਧਾਰਨ ਕਰਨ ਨੂੰ ਤਿਆਰ ਹਾਂ। ਇਹ ਰੋਸ਼ਨੀ ਚਾਹੇ ਦੀਵੇ ਦੀ ਹੈ, ਚਾਹੇ ਸੂਰਜ ਦੀ ਹੈ, ਚਾਹੇ ਚੰਦਰਮਾ ਦੀ ਹੈ, ਮੈਂ ਪੁਜਾਰੀ ਰੋਸ਼ਨੀ ਦਾ ਹਾਂ,
ਮੈਂ ਚਾਹਤ ਰੋਸ਼ਨੀ ਦੀ ਰੱਖਦਾ। ਸ਼ੇਖ ਫਰੀਦ ਐਸੇ ਹੀ ਸਾਂਝੇ ਖਿਆਲਾਂ ਦੇ ਵਿਸ਼ਾਲ ਦਿਲ ਦਿਮਾਗ ਦੇ ਮਾਲਕ। ਆਪ ਦਾ ਪਿਛੋਕੜ ਤੇ ਗਜ਼ਨੀ ਸੀ, ਅਫਗਾਨਿਸਤਾਨ ਦੇ ਰਹਿਣ ਵਾਲੇ ਸਨ ਔਰ ਪਿਛੋਕੜ ਸ਼ਾਹੀ ਖਾਨਦਾਨ ਨਾਲ ਵੀ ਤਾਲੁਕ ਰੱਖਦਾ। ਹਿੰਦੁਸਤਾਨ ਵਿੱਚ ਆਇਆ ਔਰ ਪੀੜ੍ਹੀ ਦਰ ਪੀੜ੍ਹੀ ਰਹਿਣ ਕਰਕੇ ਆਪ ਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਔਰ ਆਪ ਦੀ ਤਮਾਮ ਬਾਣੀ ਲਹਿੰਦੀ ਪੰਜਾਬੀ ਵਿੱਚ ਹੈ। ਪੱਕਾ ਡੇਰਾ ਆਪਣੇ ਪਾਕਪਟਨ ਜ਼ਿਲ੍ਹਾ ਮੁਲਤਾਨ ਵਿੱਚ ਹੀ ਬਣਾਇਆ। ਆਪ ਦੇ ਵਿਚਾਰਾਂ ਵਿੱਚ, ਆਪ ਦੇ ਕਲਾਮ ਵਿੱਚ ਬੈਰਾਗ, ਬਿਰਹ, ਗਿਆਨ, ਭਗਤੀ ਰਸ ਭਰਪੂਰ ਰੂਪ ਵਿੱਚ ਭਰਿਆ ਹੋਇਆ ਹੈ। ਜਦ ਸਾਧਨਾ ਦੇ ਦੌਰ ਵਿੱਚੋਂ ਆਪ ਲੰਘੇ ਨੇ ਤਾਂ ਉਸ ਪੀੜਾ ਦਾ ਵੀ ਆਪ ਨੇ ਜ਼ਿਕਰ ਕੀਤਾ ਹੈ, ਜੈਸੇ ਪ੍ਰਸੂਤ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਵੀ ਇਸਤਰੀ ਮਾਂ ਨਹੀਂ ਬਣ ਸਕਦੀ। ਅਧਿਆਤਮਕ ਪੀੜਾ ਤੋਂ ਲੰਘੇ ਬਿਨਾਂ ਕੋਈ ਵੀ ਪੁਰਸ਼ ਭਗਤ ਨਹੀਂ ਬਣ ਸਕਦਾ, ਫਕੀਰ ਨਹੀਂ ਬਣ ਸਕਦਾ। ਜਿਸ ਇਸਤਰੀ ਨੇ ਆਪਣੀ ਗੋਦ ਵਿੱਚ ਇੱਕ ਖੂਬਸੂਰਤ ਬਾਲਕ ਵੇਖਣਾ ਹੈ, ਪ੍ਰਸੂਤ ਦੀ ਪੀੜਾ ਝੇਲਣੀ ਹੀ ਪਏਗੀ। ਜਿਸ ਮਨੁੱਖ ਨੇ ਅਧਿਆਤਮਕ ਆਨੰਦ ਮਾਣਨਾ ਹੈ, ਉਹਨੂੰ ਬਿਰਹੇ ਦੀ ਪੀੜਾ ਵਿੱਚੋਂ ਲੰਘਣਾ ਹੀ ਪਏਗਾ। ਔਰ ਇਸ ਪੀੜਾ ਦਾ ਭਗਤ ਜਨਾਂ ਨੇ ਖਾਸ ਜ਼ਿਕਰ ਕੀਤਾ ਹੈ ਔਰ ਬਾਬੇ ਫਰੀਦ ਨੇ ਆਪਣੇ ਕਲਾਮ ਵਿੱਚ ਇਸ ਨੂੰ ਖਾਸ ਥਾਂ ਦਿੱਤੀ ਹੈ। ਫਰੀਦ ਕਹਿੰਦੇ ਨੇ, ਚਿੰਤ ਖਟੋਲਾ ਵਾਣ ਦੁੱਖ ਬਿਰਹੇ ਵਿਛਾਵਣ ਲੇਪ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ। ਹੇ ਪ੍ਰਭੂ, ਚਿੰਤਾ ਦੀ ਖਟਿਆ, ਚਿੰਤ ਖਟੋਲਾ ਜੋ ਦੁੱਖ ਦੇ ਵਾਣ ਨਾਲ ਬੁਣੀ ਹੋਈ ਹੈ, ਜਿਹਦੇ ਉੱਤੇ ਮੈਂ ਬਿਰਹੇ ਦੀ ਤੁਲਾਈ ਵਿਛਾਈ ਹੋਈ ਹੈ, ਐਸੀ ਖਟਿਆ ਤੇ ਮੈਂ ਦਿਨ ਰਾਤ ਪਿਆ। ਹੇ ਅੱਲਾਹ, ਇਹ ਮੇਰਾ ਜੀਵਣਾ ਹੈ। ਹੇ ਖੁਦਾ, ਇਹ ਮੇਰਾ ਜੀਵਣਾ ਹੈ। ਹੇ ਸਾਹਿਬ ਸੱਚੇ, ਤੂੰ ਮੇਰੇ ਇਸ ਰੁਦਨ ਨੂੰ ਵੇਖ, ਮੇਰੀ ਇਸ ਪੀੜਾ ਨੂੰ ਵੇਖ ਔਰ ਮੈਨੂੰ ਮਿਲ। ਦਿਨ ਰਾਤ ਦੀ ਪ੍ਰਤੀਕਸ਼ਾ, ਦਿਨ ਰਾਤ ਦਾ ਭਜਨ, ਦਿਨ ਰਾਤ ਦੀ ਇਬਾਦਤ ਨੇ ਆਪ ਨੂੰ ਸੰਸਾਰ ਤੋਂ ਤੇ ਖਾਸ ਕਰਕੇ ਖਾਣ ਪੀਣ ਤੋਂ ਵੀ ਬੇਮੁੱਖ ਕਰ ਦਿੱਤਾ। ਆਪ ਖਾਣ ਪੀਣ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਰੱਖਦੇ ਸਨ। ਔਰ ਵਾਕਈ ਬਿਰਹੇ ਕੁੱਠਿਆਂ ਨੂੰ ਭੁੱਖ ਕਿੱਥੇ ਤੇ ਪਿਆਸ ਕਿੱਥੇ? ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਹਰ ਬਿਨ ਨੀਂਦ ਭੂਖ ਕਉ ਕੈਸੀ, ਕਾਪੜ ਤਨ ਨਾ ਸੁਖਾ ਹੋਵੇ। ਬਾਬਾ ਫਰੀਦ ਕਹਿੰਦੇ ਨੇ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਮੁਲਤਾਨੀ ਭਾਸ਼ਾ ਵਿੱਚ ਲਾਵਣ ਦਾ ਮਤਲਬ ਹੈ ਸਬਜ਼ੀ, ਔਰ ਅੱਜ ਵੀ ਉੱਥੇ ਇਹੀ ਸ਼ਬਦ ਪ੍ਰਯੋਗ ਹੁੰਦਾ ਹੈ ਵੀ ਲਾਵਣ ਕੀ ਬਣਾਇਆ, ਭਾਵ ਸਬਜ਼ੀ ਕੀ ਬਣਾਈ ਹੈ, ਸਾਲਣ ਕੀ ਬਣਾਇਆ ਹੈ। ਤੋ ਬਾਬਾ ਫਰੀਦ ਕਹਿੰਦੇ ਨੇ, ਸਬਜ਼ੀ ਮੇਰੀ ਕੀ ਹੈ, ਲਾਵਣ ਕੀ ਹੈ? ਭੁੱਖ। ਜਦੋਂ ਮੈਨੂੰ ਤੇਜ਼ ਭੁੱਖ ਲੱਗਦੀ ਹੈ ਮੈਂ ਉਦੋਂ ਹੀ ਖਾਂਦਾ ਤੇ ਸਵਾਦ ਭੁੱਖ ਦੇ ਵਿੱਚ ਹੈ। ਬਾਬੇ ਫਰੀਦ ਦਾ ਇਹ ਕਹਿਣਾ ਭੋਜਨ ਵਿੱਚ ਨਹੀਂ ਹੈ, ਭੁੱਖ ਦੇ ਵਿੱਚ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਮੰਨਦੇ ਨੇ, ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ। ਭੁੱਖ ਦਾ ਤੇ ਸਵਾਦ ਦਾ ਆਪਸ ਵਿੱਚ ਮੇਲ ਹੈ, ਆਪਸ ਵਿੱਚ ਗੰਢ ਹੈ। ਤੋ ਬਾਬਾ ਫਰੀਦ ਕਹਿੰਦੇ ਨੇ, ਭਾਵੇਂ ਕਾਠ ਵਰਗੀਆਂ ਸੁੱਕੀਆਂ ਰੋਟੀਆਂ ਜੋ ਮੇਰੇ ਡੇਰੇ ਵਿੱਚ ਆਉਂਦੀਆਂ ਨੇ ਤੇ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਖਾਣਾ, ਮੈਨੂੰ ਸਵਾਦੀ ਲੱਗਦੀਆਂ ਨੇ ਔਰ ਇਸ ਢੰਗ ਨਾਲ ਮੈਂ ਆਪਣੀ ਉਧਰ ਪੂਰਤੀ ਕਰਦਾ। ਫਰੀਦਾ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ,
ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਭੁੱਖ ਹੈ ਨਹੀਂ ਤੇ ਚੋਪੜੀ ਖਾ ਰਹੇ ਨੇ, ਭੁੱਖ ਹੈ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਰਹੇ ਨੇ। ਬਾਬਾ ਫਰੀਦ ਕਹਿੰਦੇ ਨੇ ਭੁੱਖ ਤੋਂ ਬਿਨਾਂ ਜੋ ਖਾਣਾ ਇਹ ਰੋਗਾਂ ਨੂੰ ਜਨਮ ਦੇਣਾ। ਭੁੱਖ ਹੈ ਨਹੀਂ ਤੇ ਜਿਹੜੀ ਇੱਕ ਇੱਕ ਬੁਰਕੀ ਸਰੀਰ ਦੇ ਅੰਦਰ ਜਾ ਰਹੀ ਹੈ ਇਹਨੇ ਸਰੀਰ ਨੂੰ ਤਾਕਤ ਨਹੀਂ ਦੇਣੀ, ਸਰੀਰ ਨੂੰ ਰੋਗ ਦੇਣੇ ਨੇ। ਇਹਨੇ ਸਰੀਰ ਨੂੰ ਤਵਾਨਾਈ ਨਹੀਂ ਦੇਣੀ, ਸਰੀਰ ਨੂੰ ਬਿਮਾਰੀਆਂ ਦੇਣੀਆਂ ਨੇ। ਔਰ ਬਾਬੇ ਫਰੀਦ ਦਾ ਇਹ ਬੋਲ ਅਜੋਕੇ ਵਿਗਿਆਨ ਤੇ ਸਪਸ਼ਟ ਰੂਪ ਵਿੱਚ ਪੂਰਨ ਉਤਰਦਾ ਹੈ। ਆਪ ਦਾ ਸਰੀਰ ਸਹਿਜੇ ਸਹਿਜੇ ਸੁੱਕਦਾ ਗਿਆ, ਹੱਡੀਆਂ ਦੇ ਢਾਂਚੇ ਹੀ ਆਪ ਰਹਿ ਗਏ। ਦਿਨ ਰਾਤ ਬਿਰਹੇ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ, ਦਿਨ ਰਾਤ ਦੀ ਸਾਧਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ, ਅਜਿਹੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਦੇ ਭਾਗ। ਆਪ ਕਹਿੰਦੇ ਨੇ ਕਿ ਮੈਂ ਸੁੱਕ ਕੇ ਪਿੰਜਰ ਹੋ ਗਿਆ ਤੇ ਹੁਣ ਹਾਲਾਤ ਇਹ ਨੇ ਕਿ ਉੱਡਦੀਆਂ ਹੋਈਆਂ ਇੱਲਾਂ ਤੇ ਉੱਡਦੇ ਹੋਏ ਕੌਵੇ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਠੁੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ। ਬਾਬੇ ਫਰੀਦ ਨੇ ਅਗਲੇ ਸਲੋਕ ਵਿੱਚ ਕੌਵਿਆਂ ਨੂੰ ਮੁਖਾਤਬ ਕਰਕੇ ਐਸਾ ਆਖਿਆ, ਕਾਗਾ ਕਰਗ ਡੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਛੋਇਓ ਫਿਰ ਦੇਖਨ ਕੀ ਆਸ। ਕੌਵਿਆਂ ਨੇ ਜਦ ਠੁੰਗਾ ਮਾਰੀਆਂ ਮੁਰਦਾ ਜਾਣ ਕੇ ਤੇ ਬਾਬੇ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ। ਸਰੀਰ ਦੀ ਥੋੜੀ ਜਿਹੀ ਹਰਕਤ ਵੇਖ ਕੇ ਕੌਵੇ ਇੱਕ ਪਾਸੇ ਹੋਏ ਤੇ ਕੌਵਿਆਂ ਨੂੰ ਸੰਬੋਧਨ ਕਰਦੇ ਕਹਿੰਦੇ ਨੇ, ਭਾਵੇਂ ਮੇਰੇ ਪਿੰਜਰ ਦਾ ਸਾਰਾ ਮਾਸ ਖਾ ਲਓ ਲੇਕਿਨ ਮੇਰੀ ਅੱਖੀਆਂ ਨੂੰ ਨਾ ਖਾਣਾ, ਮੇਰੀ ਅੱਖੀਆਂ ਦੇ ਠੁੰਗਾ ਨਾ ਮਾਰਨਾ, ਕਿਉਂਕਿ ਅਜੇ ਤੇ ਮੈਂ ਖੁਦਾ ਨੂੰ ਵੇਖਣਾ ਹੈ। ਐਸਾ ਨਾ ਹੋਵੇ ਕਿ ਬਿਨਾਂ ਵੇਖੇ ਤੁਸੀਂ ਮੈਨੂੰ ਅੰਧਾ ਕਰ ਦਿਓ, ਅਜੇ ਮੈਂ ਆਪਣੇ ਪਿਆਰੇ ਨੂੰ ਵੇਖਣਾ ਹੈ। ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ, ਮੇਰੇ ਨੇਤਰ ਰਹਿਣ ਦੇਣਾ। ਬਿਰਹੇ ਦੀ ਅਗਨ ਆਪ ਦੇ ਅੰਦਰ ਕਿਤਨੀ ਜ਼ਿਆਦਾ ਹੈ, ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਣ। ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸਿਰਮੌਰ ਹੈ ਜਿਸ ਦੇ ਵਿੱਚ ਬਿਰਹੇ ਦੀ ਅਗਨ ਪ੍ਰਧਾਨ ਹੈ। ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਵਿੱਚੋਂ ਜੋ ਲੰਘੇ ਨੇ ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ। ਭੁੱਖ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ। ਭੁੱਖ ਹੀ ਨਹੀਂ ਤੇ ਸਵਾਦ ਕੀ, ਬਿਰਹਾ ਹੀ ਨਹੀਂ ਤੇ ਮਿਲਾਪ ਦਾ ਰਸ ਕੀ। ਕਿਤਨਾ ਪ੍ਰਬਲ ਬਿਰਹਾ ਹੈ, ਆਪ ਕਹਿੰਦੇ ਤਨ ਇੰਜ ਤਪਿਆ ਪਿਆ ਜਿਵੇਂ ਤਨੂਰ, ਔਰ ਉਸ ਦੇ ਵਿੱਚ ਮੇਰੀਆਂ ਹੱਡੀਆਂ ਬਾਲਣ ਰੂਪ ਵਿੱਚ ਬਲ ਰਹੀਆਂ ਨੇ। ਫਰੀਦਾ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਣ, ਪੈਰੀ ਥੱਕਾਂ ਸਿਰ ਜੁਲਾਂ ਜੇਮੋ ਪਿਰੀ ਮਿਲਣ। ਪੈਰਾਂ ਨਾਲ ਚਲਦਿਆਂ ਚਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ ਬਸ਼ਰਤੇ ਤੂੰ ਮਿਲੇ, ਤੇਰਾ ਮਿਲਾਪ ਹੋਵੇ। ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ, ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ, ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ, ਤੇਰਾ ਦੀਦਾਰ ਹੋਵੇ। ਬਹੁਤ ਕਠਿਨ ਪ੍ਰਤੀਕਸ਼ਾ ਤੋਂ ਆਪ ਲੰਘ ਰਹੇ ਨੇ ਤੇ ਇਸ ਸਲੋਕ ਤੋਂ ਕਿਧਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਦੇ ਉੱਤੇ ਚੱਲਣ ਗਰਦਿਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ,
ਖੁਦਾ ਲੱਭਦਾ ਹੈ ਤਾਂ ਬਾਬੇ ਫਰੀਦ ਦੇ ਇਸ ਸਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ। ਸਤਿਗੁਰੂ ਕਹਿੰਦੇ ਨੇ ਫਰੀਦਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ। ਸਿਰ ਦੇ ਭਾਰ ਚੱਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ। ਫਰੀਦ ਥੋੜਾ ਜਿਹਾ ਅੰਦਰ ਛਾਤੀ ਮਾਰੀਏ ਤੇ ਖੁਦਾ ਦੇ ਦੀਦਾਰ ਅੰਦਰੋਂ ਹੀ ਹੋ ਜਾਂਦੇ ਨੇ। ਦਰਅਸਲ ਗਿਆਨ ਤੇ ਐਸਾ ਫਰੀਦ ਕੋਲ ਹੈ ਪਰ ਉਹ ਜਿਸ ਦੌਰ ਵਿੱਚੋਂ ਲੰਘ ਰਹੇ ਨੇ ਉਹ ਬਿਰਹੇ ਦਾ ਦੌਰ ਹੈ, ਉਹ ਬਿਰਹੇ ਦੀ ਅਵਸਥਾ ਹੈ। ਲੇਕਿਨ ਬਿਰਹੀ ਗੀਤ ਇਸ ਬਿਰਹੀ ਬਾਣੀ ਨੂੰ ਕੋਈ ਪੜ੍ਹ ਕੇ ਮੁਗਾਲਤੇ ਵਿੱਚ ਨਾ ਪੈ ਜਾਏ, ਉਸ ਮੁਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ। ਉਂਝ ਸ਼ੇਖ ਫਰੀਦ ਦੇ ਕਲਾਮ ਵਿੱਚ ਕੋਈ ਮੁਗਾਲਤਾ ਨਹੀਂ। ਆਪ ਅਗਾਂਹ ਚੱਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲ ਰੇ ਪੈਰੇ ਫਰੀਦਾ ਜੇਹੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ। ਐ ਖੁਦਾ ਇਹ ਜੋ ਮੈਂ ਤਨ ਦਿੱਤੇ ਕੀਮਤੀ ਬਸਤਰ ਪਹਿਨੇ ਨੇ, ਰੇਸ਼ਮੀ ਬਸਤਰ ਪਹਿਨੇ ਨੇ, ਇਹ ਮੈਂ ਫਾੜ ਦੇਣਾ, ਇਹ ਮੈਂ ਪਰੇ ਸੁੱਟ ਦੇਣਾ ਔਰ ਮੈਂ ਕਮਲੀ ਪਹਿਨ ਲੈਣਾ। ਸੂਫ ਉਹਨਾਂ ਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ, ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਨ ਕਰਦੇ ਸਨ, ਲਿਹਾਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪੈ ਗਿਆ। ਹਿੰਦੁਸਤਾਨ ਵਿੱਚ ਸੈਂਕੜੇ ਦੀ ਤਾਦਾਦ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪਏ ਨੇ। ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ, ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਵਿੱਚੋਂ ਇੱਕ ਸਿਰਮੌਰ ਸੂਫੀ ਹੋਏ ਨੇ। ਉਂਝ ਸੂਫ ਦਾ ਮਤਲਬ ਹੈ ਉਨ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਫਿਰਦੇ ਸਨ। ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ ਨੇ। ਸੂਫੀਆਂ ਦੀ ਤਰਜ਼ੇ ਜ਼ਿੰਦਗੀ ਕੀ ਸੀ? ਗਾ ਕੇ ਅੱਲਾ ਨੂੰ ਰਿਝਾਉਣਾ, ਨੱਚ ਕੇ ਅੱਲਾ ਨੂੰ ਰਿਝਾਉਣਾ, ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ, ਉੱਚੀ ਉੱਚੀ ਆਵਾਜ਼ ਨਾਲ ਕਰਨੀ। ਤਾਂ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ। ਆਪ ਕਹਿੰਦੇ ਨੇ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈਰਿਓ, ਇਹ ਰੇਸ਼ਮੀ ਕੱਪੜੇ ਮੈਂ ਫਾੜ ਦੇਣਾ ਔਰ ਮੈਂ ਉਹਨਾਂ ਦੀ ਕਮਲੀ ਧਾਰਨ ਕਰ ਲੈਣਾ। ਜੇ ਹੀ ਵੇਸੀ ਸੌ ਮਿਲੇ ਸੇ ਵੇਸ ਕਰਿਓ। ਐ ਖੁਦਾ ਤੂੰ ਜਿਸ ਵੇਸ ਵਿੱਚ ਮੈਨੂੰ ਮਿਲੇ ਮੈਂ ਉਸ ਵੇਸ ਨੂੰ ਧਾਰਨ ਕਰ ਲੈਣਾ, ਮੈਂ ਉਹ ਲਿਬਾਸ ਧਾਰਨ ਕਰ ਲੈਣਾ। ਇਸ ਤੋਂ ਵੀ ਇੱਕ ਭੁਲੇਖਾ ਪੈ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਵਿੱਚ ਮਿਲਦਾ ਹੈ, ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕੱਪੜਿਆਂ ਵਿੱਚ ਤੇ ਵਿਸ਼ੇਸ਼ ਰੰਗ ਦੇ ਕੱਪੜਿਆਂ ਦੇ ਰਾਹੀਂ ਮਿਲਦਾ ਹੈ। ਦਰਅਸਲ ਇਹ ਭਾਵ ਫਰੀਦ ਦਾ ਨਹੀਂ ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਕਿ ਖੁਦਾ ਤੂੰ ਕਿਵੇਂ ਮਿਲੇਗਾ, ਤੂੰ ਕਿਸ ਤਰ੍ਹਾਂ ਮਿਲੇਗਾ। ਉਹਨਾਂ ਦੇ ਸਲੋਕ ਤੋਂ ਮੁਗਾਲਤਾ ਨਾ ਪਵੇ ਤੋ ਇਹਦੇ ਥੱਲੇ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਲੋਕ ਹੈ। ਆਪ ਕਹਿੰਦੇ ਨੇ ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ, ਐ ਫਰੀਦ ਕਿਉਂ ਤੂੰ ਇਹ ਕੀਮਤੀ ਬਸਤਰ ਇਹ ਰੇਸ਼ਮੀ ਚੋਲਾ ਫਾੜਦਾ, ਕਿਉਂ ਤੂੰ ਇਸ ਦੀ ਥਾਂ ਤੇ ਸੂਫ ਦੀ ਕਮਲੀ ਧਾਰਨ ਕਰਦਾ। ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ, ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਯਤ ਰਾਸ ਕਰਿਓ। ਨੀਯਤ ਠੀਕ ਹੋਵੇ ਤੇ ਹਰ ਥਾਂ ਤੇ ਖੁਦਾ ਹੈ, ਘਰ ਬੈਠਿਆਂ ਵੀ ਰੱਬ ਮਿਲ ਜਾਂਦਾ, ਭਟਕਣ ਦੀ ਲੋੜ ਹੀ ਨਹੀਂ।
ਧੱਕੇ ਖਾਣ ਦੀ ਲੋੜ ਹੀ ਨਹੀਂ। ਪਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ, ਨੀਅਤ ਨੂੰ ਵੇਖਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਲੋਕ ਦੇ ਰਾਹੀਂ ਐਸਾ ਕਹਿ ਰਹੇ ਨੇ, ਪਰਮਾਤਮਾ ਰੂਪ ਨੂੰ ਨਹੀਂ ਵੇਖਦਾ, ਸਰੀਰ ਨੂੰ ਨਹੀਂ ਵੇਖਦਾ, ਜ਼ਮੀਰ ਨੂੰ ਵੇਖਦਾ। ਪਰਮਾਤਮਾ ਸੂਰਤ ਨੂੰ ਨਹੀਂ ਵੇਖਦਾ, ਸੀਰਤ ਨੂੰ ਵੇਖਦਾ। ਪਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ, ਨੀਅਤ ਨੂੰ ਵੇਖਦਾ। ਇਸ ਦੀ ਨੀਅਤ ਕੀ ਹੈ? ਇਸ ਦੀ ਅੰਤਰ ਸੋਚਣੀ ਕੀ ਹੈ? ਹੋ ਸਕਦਾ ਹੈ ਬਾਹਰੋਂ ਬੰਦਾ ਦਾਨੀ ਪ੍ਰਗਟ ਹੋਵੇ, ਪਰ ਉਸਦੀ ਨੀਅਤ ਵਿੱਚ ਬੇਈਮਾਨੀ ਹੋਵੇ। ਬਾਹਰੋਂ ਉਹ ਗਿਆਨੀ ਪ੍ਰਗਟ ਹੋਵੇ, ਪਰ ਉਸਦੀ ਨੀਅਤ ਵਿੱਚ ਕਪਟ ਹੋਵੇ, ਛਲ ਹੋਵੇ। ਜੈਸੇ ਕਿ ਕਬੀਰ ਸਵਯਂ ਕਹਿੰਦੇ ਨੇ ਕਿ ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਹਿਰਦੇ ਵਿੱਚ ਕਪਟ ਰੱਖ ਕੇ ਵੀ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ। ਹਿਰਦੇ ਵਿੱਚ ਦੋਖਾ ਰੱਖ ਕੇ ਵੀ ਪ੍ਰੇਮ ਦੀ ਚਰਚਾ ਕੀਤੀ ਜਾ ਸਕਦੀ ਹੈ। ਹਿਰਦੇ ਵਿੱਚ ਅੰਧਕਾਰ ਰੱਖ ਕੇ ਵੀ ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ। ਪਦਾਰਥ ਦੀ ਖਿੱਚ ਆਪਣੇ ਹਿਰਦੇ ਵਿੱਚ ਰੱਖ ਕੇ ਪਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਹੈ। ਔਰ ਐਸੀਆਂ ਗੱਲਾਂ ਸੰਸਾਰ ਵਿੱਚ ਬਕਾਇਦਾ ਰੂਪ ਵਿੱਚ ਹੋ ਰਹੀਆਂ ਨੇ। ਕਿਧਰੇ ਫਰੀਦ ਦੇ ਸਲੋਕ ਤੋਂ ਵੀ ਇਹ ਮੁਗਾਲਤਾ ਨਾ ਪੈ ਜਾਏ ਕਿ ਰੱਬ ਵਾਕਈ ਕਿਸੇ ਸ਼ਿੰਗਾਰ ਵਿੱਚ ਮਿਲਦਾ ਹੈ, ਕਿਸੇ ਲਿਬਾਸ ਵਿੱਚ ਮਿਲਦਾ ਹੈ। ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ, ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ, ਜਦ ਨੀਅਤ ਨੂੰ ਠੀਕ ਕਰੀਏ ਤੇ ਉਹ ਗਲਵਕੜੀ ਵਿੱਚ ਬਕਾਇਦਾ ਲੈ ਲੈਂਦਾ। ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ। ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਵਿੱਚ ਲੀਨ ਲੈ। ਔਰ ਇਹ ਗੱਲ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਪ੍ਰੇਰਿਆ ਆਪ ਦੀ ਮਾਂ ਨੇ। ਜੈਸੇ ਧਰੁਵ ਨੂੰ ਭਗਤੀ ਮਾਰਗ ਤੇ ਤੋਰਿਆ ਉਸਦੀ ਮਾਂ ਨੇ ਹੈ, ਗੋਪੀ ਚੰਦ ਨੂੰ ਵੀ ਉਹਦੀ ਮਾਂ ਨੇ ਪ੍ਰਭੂ ਮਾਰਗ ਤੇ ਤੋਰਿਆ, ਬਾਬੇ ਫਰੀਦ ਨੂੰ ਵੀ ਮਾਂ ਨੇ ਹੀ ਤੋਰਿਆ। ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ ਚ ਕਹਿੰਦੇ ਨੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਕਹਿੰਦੇ ਨੇ ਬਾਬਾ ਫਰੀਦ ਜਦ 8 ਸਾਲ ਦੇ ਸਨ, ਬੱਚਿਆਂ ਨਾਲ ਖੇਡਦੇ ਖੇਡਦੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ, ਪੁੱਤਰਾ ਕਦੀ ਅੱਲਾ ਨੂੰ ਵੀ ਯਾਦ ਕਰ ਲਿਆ ਕਰ, ਨਮਾਜ਼ ਵੀ ਪੜ੍ਹ ਲਿਆ ਕਰ, ਹਰ ਵਕਤ ਖੇਡਦਾ ਹੀ ਰਹਿੰਦਾ, ਹਰ ਵਕਤ ਖੇਡਾਂ ਚ ਲੀਨ ਰਹਿੰਦਾ, ਬੰਦਗੀ ਵੀ ਕਰ ਲਿਆ ਕਰ, ਨਮਾਜ਼ ਵੀ ਪੜ੍ਹ ਲਿਆ ਕਰ, ਤਸਬੀਹ ਵੀ ਫੇਰ ਲਿਆ ਕਰ, ਕਦੀ ਬੈਠ ਕੇ ਕੁਰਾਨ ਦੀ ਤਲਾਵਤ ਵੀ ਕਰ ਲਿਆ ਕਰ। ਮਾਸੂਮ ਬਾਲਕ ਨੇ ਭੋਲੇ ਭਾਅ ਵਿੱਚ ਕਿਹਾ, ਮਾਂ ਖੁਦਾ ਕੀ ਦੇਵੇਗਾ, ਮੈਂ ਨਮਾਜ਼ ਪੜ੍ਹਾਂ, ਮੈਂ ਤਸਬੀਹ ਫੇਰਾਂ, ਮੈਂ ਐਸੀ ਮਿਹਨਤ ਕਰਾਂ, ਬਦਲੇ ਵਿੱਚ ਮੈਨੂੰ ਪ੍ਰਾਪਤ ਕੀ ਹੋਵੇਗਾ। ਬੱਚਾ ਲੈਣ ਦੀ ਭਾਸ਼ਾ ਜਾਣਦਾ, ਦੇਣ ਦੀ ਨਹੀਂ। ਇੱਕ ਮਾਸੂਮ ਬੱਚਾ ਖਿਡੌਣੇ ਨਾਲ ਖੇਡ ਰਿਹਾ ਹੋਵੇ ਤੇ ਉਹਨੂੰ ਕਹਿ ਦਿਓ, ਇਹ ਖਿਡੌਣਾ ਜ਼ਰਾ ਥੋੜ੍ਹੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ, ਨਹੀਂ ਦੇਗਾ, ਉਹ ਅਜੇ ਲੈਣਾ ਹੀ ਜਾਣਦਾ, ਦੇਣਾ ਨਹੀਂ। ਉਹਦੇ ਕੋਲ ਖਿਡੌਣੇ 4 ਵੀ ਆਉਣਗੇ ਤਾਂ ਵੀ ਉਹ ਇੱਕ ਖਿਡੌਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ। ਟੁੱਟ ਜਾਏ ਇਹ ਗੱਲ ਵੱਖਰੀ ਹੈ, ਪਰ ਦੇਣ ਨੂੰ ਉਸ ਵਕਤ ਤਿਆਰ ਨਹੀਂ, ਕਿਉਂਕਿ ਦੇਣ ਦੀ ਇਹ ਜਿਹੜੀ ਰੁਚੀਆਂ ਨੇ ਅਜੇ ਉਸ ਦੇ ਅੰਦਰ ਉਜਾਗਰ ਨਹੀਂ ਹੋਈਆਂ। ਜਿਸ ਮਨੁੱਖ ਦੀ ਜਵਾਨੀ ਅਵਸਥਾ ਵਿੱਚ ਵੀ ਤੇ ਬੁਢੇਪੇ ਕਾਲ ਵਿੱਚ ਵੀ ਦੇਣ ਦੀਆਂ ਰੁਚੀਆਂ ਨਾ ਪੈਦਾ ਹੋਣ, ਉਸ ਨੂੰ ਧਾਰਮਿਕ ਦੁਨੀਆ 'ਚ ਕਹਿ ਦਿੰਦੇ ਨੇ ਬੱਚਾ ਹੀ ਹੈ ਔਰ ਕੁਛ ਨਹੀਂ। ਤੋ ਬਾਬਾ ਫਰੀਦ ਬੱਚੇ ਨੇ ਆਪ ਮਾਂ ਨੂੰ ਕਹਿੰਦੇ ਨੇ, ਖੁਦਾ ਦੇਵੇਗਾ ਕੀ, ਮੈਂ ਉਠਕ ਬੈਠਕ ਕਰਾਂ, ਮੈਂ ਨਮਾਜ਼ ਪੜ੍ਹਾਂ, ਮੈਂ ਤਸਬੀਹ ਫੇਰਾਂ, ਬਦਲੇ ਵਿੱਚ ਕੀ ਮਿਲੇਗਾ। ਮਾਂ ਨੇ ਭੋਲੇ ਭਾਅ 'ਚ ਕਹਿ ਦਿੱਤਾ, ਖੁਦਾ ਸ਼ੱਕਰ ਦੇਵੇਗਾ, ਖੁਦਾ ਗੁੜ ਦੇਵੇਗਾ। ਬੱਚੇ ਦਾ ਸੁਭਾਅ ਮਿੱਠੇ ਨਾਲ
ਰੁਚੀਆਂ ਤ੍ਰਿਪਤ ਆਉਂਦੀਆਂ ਨੇ, ਰੁਚੀਆਂ ਵਿੱਚ ਮਿੱਠਾ ਸਮਾਇਆ ਆਉਂਦਾ ਹੈ। ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ, ਗੁੜ ਦੀ ਗੱਲ ਸੁਣ ਕੇ ਖੁਸ਼ ਹੋ ਗਿਆ। ਕਹਿੰਦਾ, ਮਾਂ ਤੂੰ ਮੈਨੂੰ ਸਿਖਾ, ਮੈਂ ਜ਼ਰੂਰ ਨਮਾਜ਼ ਪੜਾਂਗਾ, ਜ਼ਰੂਰ ਤਸਬੀਹ ਫੇਰਾਂਗਾ। ਤੋ ਨਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ ਹੈ। ਤਸਬੀਹ ਫੇਰਨ ਦੀ ਜਾਚ ਫਰੀਦ ਨੇ ਮਾਂ ਤੋਂ ਸਿੱਖੀ ਹੈ। ਰੋਜ਼ ਫਰੀਦ ਮੁਸੱਲਾ ਵਿਛਾ ਕੇ ਨਮਾਜ਼ ਪੜ੍ਹਦੇ ਨੇ, ਅਤੇ ਜਦੋਂ ਅੱਖਾਂ ਮੀਟ ਕੇ ਉਹ ਨਮਾਜ਼ ਪੜ੍ਹਦੇ ਨੇ ਤੇ ਮੁਸੱਲੇ ਦੇ ਥੱਲੇ ਮਾਂ ਸ਼ੱਕਰ ਦੀ ਪੁੜੀ ਰੱਖ ਦਿੰਦੀ ਹੈ, ਕਦੀ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ। ਨਮਾਜ਼ ਪੜ੍ਹਨ ਤੋਂ ਬਾਅਦ ਜੈਸੇ ਫਰੀਦ ਮੁਸੱਲਾ ਸਮੇਟ ਲੈ, ਥੱਲੇ ਉਸਨੂੰ ਸ਼ੱਕਰ ਮਿਲ ਜਾਂਦੀ ਹੈ, ਗੁੜ ਮਿਲ ਜਾਂਦਾ ਹੈ। ਖੁਸ਼ ਹੋ ਜਾਂਦੇ ਨੇ ਫਰੀਦ ਤੇ ਕਹਿੰਦੇ, ਖੁਦਾ ਤੇ ਸੌਦਾ ਨਕਦ ਹੀ ਕਰਦਾ, ਇੱਧਰ ਕਰੋ ਇੱਧਰ ਮਿਲ ਜਾਂਦਾ। ਰੋਜ਼ ਹੁਣ ਨਮਾਜ਼ ਪੜ੍ਹਦੇ ਨੇ ਤੇ ਰੋਜ਼ ਆਪ ਨੂੰ ਖਾਣ ਲਈ ਗੁੜ ਤੇ ਸ਼ੱਕਰ ਮਿਲ ਜਾਂਦਾ, ਬੜੇ ਪ੍ਰਸੰਨ। ਅੱਜ ਜਦ ਨਮਾਜ਼ ਪੜ੍ਹਨ ਲੱਗੇ, ਵਕਤ ਹੋ ਗਿਆ ਸੀ, ਵੇਲ ਹੋ ਗਈ ਨਮਾਜ਼ ਦੀ, ਤੇ ਮਾਂ ਦੀ ਰੁਚੀਆਂ 'ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਹੈ, ਤੇ ਮਾਂ ਪਾਣੀ ਭਰਨ ਚਲੀ ਗਈ। ਇੱਧਰ ਖੁਦਾ ਦੀ ਦੁਨੀਆਂ ਵੀ ਰਹਿਮਤ ਦੇ ਘਰ ਵਿੱਚ ਆਈ, ਬਖਸ਼ਿਸ਼ ਦੇ ਘਰ ਵਿੱਚ ਆਈ। ਮਾਸੂਮ ਬਾਲਕ ਅੱਜ ਨਮਾਜ਼ ਵਿੱਚ ਲੀਨ ਹੋ ਗਿਆ, ਜਿਹਨੂੰ ਸਮਾਧੀ ਲੀਨ ਕਹਿੰਦੇ ਨੇ। ਮਾਸੂਮ ਬਾਲਕ ਨੂੰ ਅੱਜ ਨਮਾਜ਼ ਵਿੱਚ ਹੀ ਰਸ ਆ ਗਿਆ। ਮਾਸੂਮ ਬਾਲਕ ਅੱਜ ਨਮਾਜ਼ ਵਿੱਚ ਐਸਾ ਲੀਨ ਹੋਇਆ ਜੈਸੇ ਕੋਈ ਬੂੰਦ ਸਾਗਰ ਵਿੱਚ ਲੀਨ ਹੋ ਜਾਂਦੀ ਹੈ ਔਰ ਸਾਗਰ ਦਾ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਖੁਦਾ ਦੀ ਪਰਮ ਝਲਕ ਫਰੀਦ ਨੇ ਬਚਪਨ ਕਾਲ ਵਿੱਚ ਵੇਖੀ। ਨਮਾਜ਼ ਸੰਪੂਰਨ ਹੋਈ, ਮੁਸੱਲਾ ਸਮੇਟਿਆ, ਪਰ ਅੱਜ ਮੁਸੱਲੇ ਦੇ ਥੱਲੇ ਨਾ ਸ਼ੱਕਰ ਸੀ ਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੇ ਫਰੀਦ ਨੂੰ ਆਇਆ। ਕਿਉਂ? ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ ਵਿੱਚ ਪੈ ਗਈ। ਅੱਜ ਦੁਨੀਆਂ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੋਲਿਤ ਕਰ ਦਿੱਤਾ ਹੈ ਤੇ ਰਸ ਭਰਪੂਰ ਕਰ ਦਿੱਤਾ ਹੈ, ਆਨੰਦਮਈ ਜ਼ਿੰਦਗੀ ਬਣਾ ਦਿੱਤੀ। ਰੋਮ ਰੋਮ ਮਾਨੋ ਸ਼ੱਕਰ ਨਾਲ ਭਰਿਆ ਹੋਇਆ ਬੈਠੇ ਨੇ ਤੇ ਸੋਚਦੇ ਨੇ, ਮਾਂ ਨੇ ਇਸ ਫੋਕੀ ਥੋਤੀ ਸ਼ੱਕਰ ਦਾ ਲਾਲਚ ਦੇ ਕੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ, ਤੇ ਇਹ ਤੇ ਮੈਨੂੰ ਅੱਜ ਪਤਾ ਚੱਲਿਆ ਰੱਬ ਆਪ ਇੱਕ ਮਹਾਨ ਸ਼ੱਕਰ ਹੈ, ਸ਼ੱਕਰ ਦਾ ਖਜ਼ਾਨਾ ਹੈ, ਉਹ ਤੇ ਮਿਠਾਸ ਦਾ ਖਜ਼ਾਨਾ ਹੈ। ਔਰ ਆਪ ਬਾਰ ਬਾਰ ਕਿਹਾ ਕਰਦੇ ਸਨ, ਈਸ਼ਵਰ ਅਕਾਲ ਪੁਰਖ ਉਹ ਰੱਬ ਸ਼ੱਕਰ ਦਾ ਖਜ਼ਾਨਾ ਹੈ। ਗੰਜ ਕਹਿੰਦੇ ਨੇ ਖਜ਼ਾਨੇ ਨੂੰ, ਚੂੰਕਿ ਆਪ ਦੀ ਜ਼ਬਾਨ ਚੋਂ ਇਹ ਸ਼ਬਦ ਬਹੁਤ ਨਿਕਲਦੇ ਸਨ, ਲਿਹਾਜ਼ਾ ਸਮਸਤ ਭਾਰਤ ਵਿੱਚ ਆਪ ਦਾ ਨਾਮ ਐਸੇ ਪੈ ਗਿਆ, ਬਾਬਾ ਫਰੀਦ ਸ਼ੱਕਰਗੰਜ। ਸ਼ੱਕਰਗੰਜ ਆਪ ਦੇ ਨਾਮ ਦੇ ਨਾਲ ਤਖੱਲੁਸ ਦੇ ਰੂਪ ਵਿੱਚ ਜੁੜ ਗਿਆ, ਉਪਨਾਮ ਦੇ ਨਾਲ ਜੁੜ ਗਿਆ। ਔਰ ਅੱਜ ਵੀ ਜ਼ਿਲ੍ਹਾ ਮੁਲਤਾਨ ਦੇ ਆਲੇ ਦੁਆਲੇ ਲੋਕੀ ਸ਼ੱਕਰਗੰਜ ਕਰਕੇ ਉਹਨਾਂ ਦੀ ਉਪਮਾ ਕਰਦੇ ਨੇ, ਫਰੀਦ ਸ਼ੱਕਰਗੰਜ। ਬਈ ਕਿਸ ਦੇ ਮਜ਼ਾਰ ਤੇ ਜਾ ਰਹੇ ਹੋ? ਸ਼ੱਕਰਗੰਜ ਦੇ ਮਜ਼ਾਰ ਤੇ ਜਾ ਰਹੇ ਹਾਂ। ਕਿਸ ਦੇ ਦੀਦਾਰ ਲਈ ਜਾ ਰਹੇ ਹੋ? ਸ਼ੱਕਰਗੰਜ ਦੇ ਦੀਦਾਰ ਲਈ ਜਾ ਰਹੇ ਹਾਂ, ਜੋ ਸ਼ੱਕਰ ਦਾ ਖਜ਼ਾਨਾ ਹੈ, ਖੁਦਾ ਅਕਾਲ ਪੁਰਖ। ਇਸ ਤਰੀਕੇ ਦੀ ਉਪਮਾ ਦੇ ਵਿੱਚ ਲੀਨ ਹੋਏ ਬਾਬਾ ਫਰੀਦ। ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀ ਏ? ਅੱਜ ਮਾਸੂਮ ਫਰੀਦ ਦਾ ਚਿਹਰਾ ਬਦਲਿਆ ਹੋਇਆ, ਅੱਜ ਅੱਖਾਂ ਵਿੱਚ ਕੋਈ ਸਰੂਰ ਹੈ, ਅੱਜ ਚਿਹਰਾ ਕੁਝ ਹੋਰ ਹੈ ਤੇ ਅੱਖਾਂ ਤਰ ਵੀ ਨੇ। ਸੋਚਦੀ ਏ, ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈ ਹਾਂ।
ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ। ਹੁਣ ਐਸਾ ਨਾ ਹੋਵੇ ਕਿ ਸ਼ਾਇਦ ਇਹ ਕੱਲ ਤੋਂ ਨਮਾਜ਼ ਨਾ ਪੜ੍ਹੇ। ਤੋ ਅੰਦਰੋਂ ਇਕਦਮ ਲੱਡੂ ਲਿਆਈ, ਸ਼ੱਕਰ ਲਿਆਈ, ਨਾਲ ਥੋੜਾ ਜਿਹਾ ਸ਼ਹਿਦ ਵੀ ਲਿਆਈ ਤੇ ਬਾਬੇ ਫਰੀਦ ਨੂੰ ਆ ਕੇ ਕਹਿੰਦੀ ਹੈ ਵੀ ਇਹ ਮੇਰੇ ਬੱਚੇ ਮਾਸੂਮ ਬਾਲਕ, ਇਹ ਖੁਦਾ ਸਾਰੀਆਂ ਚੀਜ਼ਾਂ ਅੱਜ ਮੈਨੂੰ ਦੇ ਗਿਆ ਸੀ। ਹਮੇਸ਼ਾ ਮੁਸੱਲੇ ਦੇ ਥੱਲੇ ਰੱਖ ਦਿੰਦਾ ਸੀ ਨਾ ਖੁਦਾ, ਅੱਜ ਮੈਨੂੰ ਦੇ ਗਿਆ ਤੇ ਆਖਿਆ ਫਰੀਦ ਨੂੰ ਦੇ ਦੇਈਂ। ਤੇ ਬਾਬਾ ਫਰੀਦ ਮੁਸਕਰਾ ਕੇ ਕਹਿਣ ਲੱਗੇ ਮਾਂ ਵਾਕਈ ਅੱਜ ਖੁਦਾ ਤੇ ਮੈਨੂੰ ਹੀ ਦੇ ਗਿਆ, ਤੈਨੂੰ ਨਹੀਂ ਦੇ ਗਿਆ, ਅੱਜ ਖੁਦਾ ਨੇ ਮੈਨੂੰ ਹੀ ਦਿੱਤਾ ਹੈ, ਅੱਜ ਖੁਦਾ ਨੇ ਰਸ ਮੈਨੂੰ ਹੀ ਦਿੱਤਾ ਹੈ। ਹੁਣ ਤੈਨੂੰ ਪਰਚਾਉਣ ਦੀ ਲੋੜ ਨਹੀਂ, ਖੁਦਾ ਨੇ ਸਵੈਮ ਮੈਨੂੰ ਪਰਚਾ ਲਿਆ। ਹੁਣ ਤੈਨੂੰ ਇਸ ਮਾਰਗ ਤੇ ਤੋਰਨ ਦੀ ਲੋੜ ਨਹੀਂ, ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ ਤੇ ਤੋਰ ਲਿਆ। ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ, ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਤਰ ਆਤਮਾ ਵਿੱਚ ਪਾ ਦਿੱਤੀ ਹੈ। ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਫਰੀਦਾ ਸਭੇ ਵਸਤੂ ਮਿੱਠੀਆਂ, ਰੱਬ ਨ ਪੁੱਜਨ ਤੁਧ। ਐ ਮਾਂ, ਭਾਵੇਂ ਸਭ ਕੁਛ ਮਿੱਠਾ ਹੈ, ਸ਼ਹਿਦ ਹੈ, ਦੁੱਧ ਹੈ, ਗੁੜ ਹੈ, ਸ਼ੱਕਰ ਹੈ, ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਛ ਦੇ ਚ ਨਹੀਂ ਹੈ, ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈ ਹੈ, ਈਸ਼ਵਰ ਤੋਂ ਪ੍ਰਾਪਤ ਹੋਈ ਹੈ। ਮਾਂ, ਹੁਣ ਤੈਨੂੰ ਰੋਜ਼ ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ, ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਦਫ਼ਾ ਹੀ ਦੇ ਦਿੱਤੀ ਹੈ, ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲੱਗੀ, ਔਰ ਇਹ ਮਿਠਾਸ ਸਦੀਵੀ ਬਣੀ ਰਹੇਗੀ।